अख तेरे नाल जा लड़ियां, ओए अख तेरे नाल जा लड़ियां, ओ खेड़ा तेरा नहीं है छड़ना, चाहे लख जाने हाथ करिया, ओ तेरा तेरा नहीं है छड़ना। देखिया किदा जशन मना रहे आ, कहिंदे आ बलतकारी बाबा तेरा साथ नहीं छड़ना, भावी लग जान हाथ कड़िया, जमीरा मर गईयां इन्हां लोकां दियां। देखिया नहीं तुसी केदा साले गात्रे पा के गल दे विच नची जांदे आ, इह आ बेगैरत लोग, इन्हां लोकां दियां जमीरां मर गईयां वा, आप इह नचदे आ ते कुड़ियां अपणियां बाबिआं नूं पेश करदे आ। बई साले उधर बंदी सिंघां दा रिहाई दा मोर्चा लगा, उधर जाण लग्गिआ थोड़ियां लत्तां दुखदियां वा। महिला चौक ब्लाक जिला संगरूर पंजाब से। क्या प्रोग्राम आज यहां पे? आज गुरु जी का 104वां जन्म दिहाड़ा 25 जनवरी मना रहे हैं। साडे डॉक्टर एम एस जी गुरु 5 साल के बाद आ रहे हैं, उन्होंने खुशी के जन्म भंडारा मनाया जा रहा है। कितने लोग आएंगे आ जाएंगे? 6-7 करोड़ बंदा, पूरा जाम लगे आ रहा है, मानसा तक पूरा जाम है, फुल जाम है। हाँ, हरेक पिंड 12,352 पिंड ने, हरेक कले कले पिंड एक एक दो दो बसा जरूर आ रही ने। डुब के मर जा सालिया, देखिया जे साले पग्गा बन के गए आ, हैं ते साथ किदा दे रहे आ? एक बलतकारी दा, बलतकारी बाबे दा साथ दे रहे आ। कहिंदा 7 करोड़ बंदा जिहड़ा वा उह इकट्ठा होया वा, ते सब तो ज़्यादा गिनती दे विच सिख सीगे, हर पासे तुहानू पग्गां वाले नज़र आणगे। असलामु अलैकुम, सत श्री अकाल। ओ की हाल है शहजादे, हो किदा सारे वीर? राजी तकड़े खुशबाश, उम्मीद करना वा सारे वीर खैर खरीयत नाल होणगे, खुशबाश होणगे अपने दोस्तां दे नाल, ते अपने बेली सज्जणां दे नाल, ते अपने जिगरी यारां दे नाल। ਇੱਥੇ ਹੀ ਹੱਸਦੇ ਅਤੇ ਵੱਸਦੇ ਰਹੋ ਮੇਰੇ ਸ਼ਹਿਜ਼ਾਦੇ ਵੀਰੋ। ਤਾਂ ਵੀਰੋ ਅੱਜ ਆਪਾਂ ਗੱਲ ਕਰਾਂਗੇ, ਕੱਲ੍ਹ ਸੀ ਜਨਮ ਦਿਨ ਬਲਤਕਾਰੀ ਬਾਬੇ ਦਾ, ਬਲਤਕਾਰੀ ਬਾਬਾ ਰਾਮ ਰਹੀਮ, ਬਲਤਕਾਰੀ ਬਾਬੇ ਦਾ ਜਨਮ ਦਿਹਾੜਾ ਸੀ। ਸਭ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਉੱਥੇ ਸਿੱਖ ਇਕੱਠੇ ਹੋਏ ਆ ਉਸ ਪਖੰਡੀ ਬਾਬੇ ਦੇ ਡੇਰੇ 'ਤੇ। ਜਿੱਧਰੋਂ ਇਹਨਾਂ ਨੂੰ ਰੋਕਿਆ ਜਾਂਦਾ ਇਹ ਉੱਧਰ ਹੀ ਜਾਂਦੇ ਆ। ਦੇਖਿਆ ਨਹੀਂ ਤੁਸੀਂ ਕਿੱਦਾਂ ਨੱਚਦੇ ਟੱਪਦੇ ਪਏ ਆ ਸਾਲੇ ਗਾਤਰੇ ਪਾ ਕੇ? ਜ਼ਮੀਰਾਂ ਮਰ ਗਈਆਂ ਇਹਨਾਂ ਲੋਕਾਂ ਦੀਆਂ। ਇਹ ਬਲਤਕਾਰੀ ਬਾਬੇ ਦਾ ਜਨਮ ਦਿਹਾੜਾ ਸੀ, ਅਤੇ ਬੱਸਾਂ ਦੀਆਂ ਬੱਸਾਂ ਭਰੀਆਂ ਜਾ ਰਹੀਆਂ ਸੀ ਪਿੰਡਾਂ ਦੇ ਵਿੱਚੋਂ, ਅਤੇ ਕੁਝ ਸਿੰਘ ਵੀਰਾਂ ਨੇ ਵਿਰੋਧ ਕੀਤਾ, ਉਹਨਾਂ ਨੇ ਬੱਸਾਂ ਰੋਕੀਆਂ, ਬੱਸਾਂ ਰੋਕ ਕੇ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਪੁਲਿਸ ਜਿਹੜੀ ਅਰੈਸਟ ਕਰਕੇ ਲੈ ਗਈ। ਪਰ ਇਹ ਸਾਲੇ ਕੌਮ ਦੇ ਗੱਦਾਰ, ਇਹ ਫਿਰ ਵੀ ਨਹੀਂ ਰੁਕੇ, ਸਮਝਾਉਣ ਦੇ ਬਾਵਜੂਦ ਵੀ ਇਹ ਬਾਬੇ ਦੇ ਡੇਰੇ 'ਤੇ ਪਹੁੰਚੇ ਆ, ਅਤੇ ਇਹਨਾਂ ਨੇ ਜਾ ਕੇ ਉੱਥੇ ਭੰਗੜੇ ਪਾਏ ਆ। ਬੰਦਾ ਪੁੱਛੇ ਬਈ ਇਹ ਗੱਲ ਦੱਸੋ, ਬਈ ਤੁਸੀਂ ਸੋਧਿਆ ਕਿਹਨੂੰ ਆ? ਬਲਤਕਾਰੀ ਬਾਬੇ ਦੇ ਡੇਰੇ 'ਤੇ ਪਹੁੰਚ ਕੇ ਉੱਥੇ ਭੰਗੜੇ ਪਾ ਕੇ, ਹੈਂ ਸ਼ਸਤਰਧਾਰੀ ਹੋ ਕੇ, ਹੈਂ ਉਹ ਕਿਹਨੂੰ ਸਾੜਿਆ ਜੇ, ਕਿਹਨੂੰ ਦਿਖਾਇਆ ਜੇ? ਆਪਣੀ ਕੌਮ ਨੂੰ ਹੀ ਦਿਖਾਇਆ ਨੇ ਨਾ, ਬਈ ਅਸੀਂ ਇੱਕ ਪਖੰਡੀ ਦਾ, ਇੱਕ ਬਲਤਕਾਰੀ ਦਾ ਸਾਥ ਦੇ ਰਹੇ ਹਾਂ। ਇਹ ਉਹ ਲੋਕ ਆ ਜਿਹੜੇ ਗੁਰਸਿਮਰਨ ਮੰਡ ਵਰਗੇ ਆ, ਇਹਨਾਂ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਵਾ। ਆਪ ਇਹ ਸਾਲੇ ਨੱਚਦੇ ਆ ਅਤੇ ਆਪਣੀਆਂ ਕੁੜੀਆਂ ਬਾਬੇ ਨੂੰ ਪੇਸ਼ ਕਰਦੇ ਆ, ਬਈ ਬਾਬਾ ਲੈ ਨਜ਼ਾਰੇ। ਉਹ ਬਾਬਿਆਂ ਦੀਆਂ ਤਾਂ ਮੌਜਾਂ ਲੱਗੀਆਂ, ਭੈਣ ਪਾੜਾਂ ਦੀਆਂ ਅੰਨੇ ਪੈਸੇ ਕਮਾਈ ਜਾਂਦੇ ਆ ਬਾਬੇ,
ਤੇ ਨਾਲ ਵਨ ਸਵੰਨਾ ਮਾਲ ਚੱਕਦੇ ਆ। ਸਹੀ ਲਿਖਿਆ ਵਾ ਲਿਖਣ ਵਾਲੇ ਨੇ ਬਈ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਏ ਉਹ ਅੱਜ ਵੀ ਨਹੀਂ ਉਹ ਕੱਲ੍ਹ ਵੀ ਨਹੀਂ। ਗਿੱਦੜਾਂ ਦੇ ਵਿੱਚ ਰਹਿ ਰਹਿ ਕੇ ਸ਼ੇਰ ਵੀ ਗਿੱਦੜ ਬਣ ਜਾਂਦਾ ਵਾ, ਆਪਣੀ ਪਹਿਚਾਣ ਭੁੱਲ ਜਾਂਦਾ ਵਾ। ਇਹ ਲੋਕ ਆਪਣੀ ਪਹਿਚਾਣ ਭੁੱਲ ਚੁੱਕੇ ਆ, ਇਸੇ ਕਰਕੇ ਗੁਲਾਮੀ ਦਾ ਪੱਟਾ ਇਹਨਾਂ ਦੇ ਗਲ ਦੇ ਵਿੱਚ ਪਿਆ ਵਾ। ਕਹਿੰਦੇ ਜਿਸ ਬਾਗ ਦਾ ਮਾਲੀ ਬੇਈਮਾਨ ਹੋ ਜੇ ਉਹਦੇ ਫੁੱਲ ਵੀ ਨਹੀਂ ਤੇ ਉਹਦੇ ਫਲ ਵੀ ਨਹੀਂ। ਜਿਹੜੀ ਬੱਕਰੀ ਸ਼ੇਰ ਦੀ ਜੂਹ ਵੜ ਜੇ ਉਹਦੇ ਹੱਡ ਵੀ ਨਹੀਂ ਤੇ ਉਹਦੀ ਖਲ ਵੀ ਨਹੀਂ। ਤੇ ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਏ ਉਹ ਅੱਜ ਵੀ ਨਹੀਂ ਤੇ ਕੱਲ੍ਹ ਵੀ ਨਹੀਂ। ਇਤਿਹਾਸ ਕੌਮਾਂ ਦਾ ਟੱਕ ਹੁੰਦੇ ਨੇ ਤੇ ਜਿਹੜੀਆਂ ਕੌਮਾਂ ਦੀ ਰਗਾਂ ਵਿੱਚੋਂ ਇਤਿਹਾਸ ਦੀ ਲਾਲੀ ਮੁੱਕ ਜਾਵੇ ਉਹ ਕੌਮਾਂ ਦੁਨੀਆਂ ਦੇ ਨਕਸ਼ੇ ਤੋਂ ਮਲੀਆ ਮੇਟ ਹੋ ਜਾਂਦੀ। ਜਿਹੜੀ ਕੌਮ ਆਪਣਾ ਇਤਿਹਾਸ ਭੁੱਲ ਜਾਏ ਉਹ ਅੱਜ ਵੀ ਨਹੀਂ ਉਹ ਕੱਲ੍ਹ ਵੀ ਨਹੀਂ। ਇਹ ਲੋਕ ਆਪਣਾ ਇਤਿਹਾਸ ਭੁੱਲ ਚੁੱਕੇ ਆ, ਗਿੱਦੜਾਂ ਦੇ ਵਿੱਚ ਰਹਿ ਰਹਿ ਕੇ ਇਹ ਆਪਣੀ ਪਹਿਚਾਣ ਭੁੱਲ ਗਏ ਆ, ਇਸੇ ਕਰਕੇ ਪਖੰਡੀਆਂ ਦੇ ਪਿੱਛੇ ਬਲਤਕਾਰੀਆਂ ਦੇ ਪਿੱਛੇ ਤੁਰੇ ਫਿਰਦੇ ਆ। ਹੈਂ ਬਈ ਇੱਕ ਬਲਤਕਾਰੀ ਦੂਜੇ ਦਿਨ ਬਾਹਰ ਆ ਜਾਂਦਾ ਵਾ, ਦੂਜੇ ਦਿਨ ਪਰੋਲ 'ਤੇ ਬਾਹਰ ਆ ਜਾਂਦਾ ਵਾ, ਉਸ ਬਲਤਕਾਰੀ ਦਾ ਇਹ ਲੋਕ ਸਾਥ ਦੇ ਰਹੇ ਆ। ਉੱਧਰ ਬਲ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਆ ਵਾ, ਜਿਹੜੇ 30-30 ਸਾਲ ਤੋਂ ਕੈਦ ਆ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਵਾ। ਉੱਧਰ ਉਹਨ ਉਸ ਮੋਰਚੇ ਦੇ ਵਿੱਚ ਜਾਣ ਲੱਗਿਆ ਇਹਨਾਂ ਦੀਆਂ ਲੱਤਾਂ ਦੁਖਦੀਆਂ ਵਾ, ਇਹਨਾਂ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਵਾ। ਇਹ ਬਲਤਕਾਰੀਆਂ ਨੂੰ ਆਪਣਾ ਪਿਤਾ ਬਣਾਈ ਫਿਰਦੇ ਆ, ਪਖੰਡੀਆਂ ਨੂੰ ਆਪਣਾ ਪਿਤਾ ਬਣਾਈ ਫਿਰਦੇ ਆ, ਆਪਣਾ ਰੱਬ ਮੰਨੀ ਫਿਰਦੇ ਆ, ਆਪਣਾ ਗੁਰੂ ਮੰਨੀ ਫਿਰਦੇ ਆ। ਵੈਸੇ ਇਹਨਾਂ ਦਾ ਇੱਕ ਇਲਾਜ ਆ ਅਤੇ ਉਹ ਇਲਾਜ ਕੌਣ ਕਰ ਸਕਦਾ ਵਾ? ਖਾਲਸਾ ਵਹੀਰ ਵਾਲੇ ਇਹ ਜਿੰਨੇ ਵੀ ਪਖੰਡੀਆਂ ਦੇ ਕੋਲ ਜਾਂਦੇ ਆ ਨਾ ਸਿੱਖ, ਇਹਨਾਂ ਦੇ ਫੜ ਕੇ ਜੂਤ ਫੇਰਨ ਅਤੇ ਉਹਨਾਂ ਨੂੰ ਸਿੱਧਾ ਰਾਹ ਦਿਖਾਉਣ। ਉੱਦਾਂ ਤੁਸੀਂ ਕਹਿੰਦੇ ਹੋ ਜਸਪਾਲ ਤੂੰ ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਰਹਿੰਦਾ ਵਾ, ਸੱਚੀ ਪੁੱਛੋ ਤਾਂ ਇਸੇ ਕਰਕੇ ਬਈ ਜਦੋਂ ਸਿਰ ਗੁਰੂ ਨੂੰ ਭੇਟ ਕੀਤੇ ਆ, ਕੌਮ ਦੇ ਲੇਖੇ ਲਾਏ ਆ, ਫਿਰ ਡਰ ਕਾਹਦਾ? ਆਹ ਜਿਹੜੇ ਇੱਦਾਂ ਦੇ ਆਪਣੇ ਰਾਹ ਤੋਂ ਭਟਕੇ ਫਿਰਦੇ ਆ, ਇਹਨਾਂ ਸਾਲਿਆਂ ਨੂੰ ਚੱਕੋ ਅਤੇ ਇਹਨਾਂ ਨੂੰ ਜੋਤ ਫੇਰੋ। ਬਈ ਕੀ ਕਰੀ ਜਾਂਦੇ ਆ ਤੁਸੀਂ? ਬਈ ਜਦੋਂ ਅੱਗ 'ਚ ਵੜੇ ਆ ਫਿਰ ਟਨਾਣਿਆਂ ਤੋਂ ਕੀ ਡਰਨਾ? ਕੀ ਸਮਝੇ? ਓਕੇ ਵੀਰੋ, ਚਾਹੁੰਦਾ ਵਾ ਇਜਾਜ਼ਤ, ਅੱਜ ਦੀ ਵੀਡੀਓ ਇੰਨੀ ਆ। ਬਾਕੀ ਸਾਰੇ ਵੀਰਾਂ ਨੂੰ ਬੇਨਤੀ ਆ ਬਈ ਬੰਦੀ ਸਿੰਘ ਰਿਹਾਈ ਮੋਰਚੇ ਲੱਗੇ ਆ, ਉਹਨਾਂ ਦੇ ਵਿੱਚ ਪਹੁੰਚੋ। ਘਰਾਂ ਵਿੱਚ ਬਹਿਣ ਦਾ ਹੁਣ ਟਾਈਮ ਨਹੀਂ, ਹੁਣ ਜਾਗੋ, ਹੁਣ ਜਾਗਣ ਦਾ ਟਾਈਮ ਆ। ਬਾਕੀ ਸਾਰੇ ਵੀਰਾਂ ਨੂੰ ਢੇਰ ਸਾਰਾ ਪਿਆਰ ਅਤੇ ਲਵ ਯੂ ਸਾਰੇ ਵੀਰਾਂ ਨੂੰ। ਜਿਉਂਦੇ ਵਸਦੇ ਰਹੋ ਆਪਣੇ ਜਿਗਰੀ ਯਾਰਾਂ ਦੇ ਨਾਲ।